ਸਾਚੇ ਦਰਬਾਰ ਕੀ ਜੈ। ਜਗਾਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ। ਇੱਕ ਮੇਰਾ ਵੀ ਸੁਨੇ ਹਾਲ ਔਰ ਜੀ ਸੁਣਾਈ ਮੇਰੀ ਉਸ ਨੂੰ ਉਹਦੇ ਚਰਨਾਂ ਦੇ ਵਿੱਚ ਸੁਣ ਮਈਆ ਦੇ ਸੁਣਦਾ ਕੀ ਦਿਆ ਸੁਣ ਮਈਆ ਦੇ ਚੱਲਿਆ ਮੰਗਣਾ ਦੇ ਸੁਨੇਹਾ ਲੈ ਜੀਆ
ਬੋਲੋ ਜੈ ਮਾਤਾ ਦੀ, ਜੈ ਮਾਤਾ ਦੀ, ਉੱਚੀ ਕਹਿ ਦੋ ਜੈ ਮਾਤਾ ਦੀ, ਜੈ ਮਾਤਾ ਦੀ, ਬਹੁਤ ਸੱਚੇ ਦਰਬਾਰ ਕੀ ਜੈ। ਜੋ ਸਾਰੇ ਇੱਕ ਮਨ ਹੋ ਕੇ ਧਿਆਨ ਮਈਆ ਦੇ ਚਰਨੀ ਹੋ ਕੇ, ਜਕਾਰਾ ਸ਼ਰਾਬੀ ਦਾ, ਹੇ ਮਾਂ ਮੇਰੀ
ਜੀ ਸੱਚੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾ ਹੀ ਜੈ। ਤਾੜੀ ਮਾਰ ਕੇ ਅਗਲੀ ਬੰਦਾ ਸਾਡੇ ਸਰਪੰਚ ਸਾਹਿਬਾਨ ਆ ਜੀ।
Thank you.
ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ। ਕਿਹੜੀ ਕਿਹੜੀ ਖੁਸ਼ੀ ਹੈ ਜੀ। ਕਹਿੰਦੇ ਆਕੜ ਤੋਂ ਮੁਰਦੋ ਕੀ ਸ਼ਾਨ ਹੋਤੀ ਹੈ, ਆਕੜ ਤੋਂ ਮੁਰਦੋ ਕੀ ਸ਼ਾਨ ਹੋਤੀ ਹੈ, ਤਾੜੀ ਵਹੀ ਬਜਾਤੇ ਹੈ ਜਿਨਕੇ ਹਾਥੋਂ ਮੇ। ਸਾਡਾ ਵੀਰ ਗਗਨ ਔਰ ਕਾਲੀ ਜੀ ਐਮ ਸੈਲੂਨ ਦੇ ਮਾਲਕ ਹੈ, ਇਹਨਾਂ ਵੱਲੋਂ ਇੱਕ ਅਰਦਾਸ ਕਹਿੰਦੀ ਹੈ ਜੀ ਮਾਂ ਦੇ ਚਰਨਾਂ ਦੇ ਪਾਸ ਕਿ ਸਾਡਾ ਵੀਰ ਅਪਰੁੱਤ ਬਾਲ ਮਹਾਮਾਈ ਦੇ ਸੰਜੋਗ ਖੋਲੇ, ਉਹਦਾ ਵਿਆਹ ਹੋਵੇ। ਇੱਕ ਵਾਰੀ ਸਾਰੇ ਅਰਦਾਸ ਬੇਨਤੀ ਕਰਦੇ ਮਾਂ ਦੇ ਚਰਨਾਂ ਵਿੱਚ ਅਪਰੁੱਤ ਬਾਲ ਦੇ ਸੰਜੋਗ ਖੋਲਣ, ਇੱਕ ਤਾੜੀ ਮਾਰ ਕੇ ਅਰਦਾਸ ਕਰਦੇ ਸਾਰੀ ਸੰਗਤ। ਬਤਾਇਆ
ਗੱਲ ਬਾਤ ਹੈ ਨੀਂਦ ਆ ਰਹੀ ਹੈ ਦੇਖੋ ਮੇਰੀ ਭੈਣ ਜੀ ਇੱਕ ਨਦੀ ਨਾਮ ਸੰਜੋਗੀ ਮਿਲੇ ਆ ਜਦੋਂ ਸਮਾਜ ਜਗਤ ਕੋਈ ਸਰਸਵਤੀ ਮਾਲਾ ਆਸ਼ੀਰਵਾਦ ਨਾਲ ਆਪਾਂ ਭੈਣ ਇੱਥੇ ਇਕੱਠੇ ਹੋਣ ਕਿੱਧਰ ਹੈ ਆਪਕਾ ਰਜੂ ਰਜੂ ਮੈਨੂੰ ਦਾ ਖਿਆਲ ਆ ਕਿੱਧਰ ਹੈ ਆਪਕਾ ਰਜੂ ਲੱਗਾ ਹੁਆ ਯੇ ਰੋਗ ਕੋਈ ਪੁਰਾਣਾ ਹੈ ਕਿ ਨਿਊ ਲੱਗਾ ਹੁਆ ਆਪ ਦਾਤੀ ਕੇ ਦਰਬਾਰ ਆਣ ਕੇ ਜੈ ਨਹੀਂ ਬੋਲਤੇ ਕਿਆ ਤੁਹਾਰੀ ਜੀ ਬਾਣ ਕੋ ਕਰਫੂ ਲੱਗਾ ਹੁਆ ਕਹਿੰਦੇ ਜੈ ਮਾਤਾ ਜੀ ਜੈ ਮਾਤਾ ਜੀ ਬੋਲ ਸੱਚੇ ਦਰਬਾਰ ਕੀ ਦਰਬਾਰ ਕੀ ਅਗਨੀ ਵਾਲਾ ਸਾਡੇ ਮਾਂ ਗੁਰਸਾਜ ਬਖਸਰ ਲਵਾਉਣ ਸਾਡੇ ਗੁਰੂ ਯਾਰੇ ਨੇ ਤੋ ਮੈਂ ਬਹੁਤ ਸ਼ੁਕਰੀਆ ਕਰਦਾ ਅੱਜ ਸਭਾ ਦਾ ਭੈਣ ਭਰਾਵਾਂ ਦਾ ਗੁਰੂ ਕੇ ਸਾਸਨ ਦਾ ਆਹ ਜਿਹੜੀ ਬੰਦਾ ਸਾਡੇ ਸਰਪੰਚ ਸਾਹਿਬਾਨ ਬੋਲ ਸੱਚੇ ਦਰਬਾਰ ਕੀ ਜੈ ਤੇ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨਾਲ ਪਿਆਰ ਕਰਦੀਆਂ ਉਹ ਦੋਨੋਂ ਹੱਥ ਇੱਕ ਵਾਰ ਉੱਪਰ ਕਰਕੇ ਆਪਣੇ ਬੱਚਿਆਂ ਦੇ ਨਾਂ ਦੀ ਤਾੜੀ ਮਾਰਨ ਬੱਚਾ ਭਾਵੇਂ ਜਿੱਦਾਂ ਦਾ ਮਰਜ਼ੀ ਹੁੰਦਾ ਵਾ ਮਾਂ ਵਾਸਤੇ ਉਹ ਸਾਰੇ ਜੱਗ ਨਾਲ ਚੰਗਾ ਹੁੰਦਾ ਵਾ ਭਾਵੇਂ ਉਹ ਕਿਸ ਤਰ੍ਹਾਂ ਦਾ ਵੀ ਹੋਵੇ ਮਾਂ ਵਾਸਤੇ ਪੁੱਤ ਸਾਰੇ ਜੱਗ ਨਾਲ ਚੰਗਾ ਹੁੰਦਾ ਤੋ ਕੀ ਲਿਖਿਆ ਲੱਭਦੀਆਂ ਨਹੀਂ ਤੋ ਜਿੰਨੀ ਵੀ ਸੰਗਤ ਬੈਠੀ ਆ ਸਾਰੇ ਨਾਲ ਤਾੜੀ ਦਾ ਸਾਥ ਦੇਣਾ ਹੋ ਇੰਨੀਆਂ ਗੂੜੀਆਂ ਛਾਵਾਂ ਜਗਦੇ ਲੱਭਦੀਆਂ ਨਹੀਂ ਮੰਦਾ ਮੂੰਹ ਚੋਂ ਬੋਲ ਕੇ ਨਿਕਲੇ ਰੋਕਦੀਆਂ
ਸੇਵਕ ਸਭਾ ਦੇ ਅੱਜ ਸਾਰਿਆਂ ਨੇ ਨੱਚ ਕੇ ਖੁਸ਼ੀਆਂ ਮਨਾਉਣੀਆਂ ਨੇ। ਸੋ ਲਾਸਟ ਵੰਦਨਾ ਸਾਡੇ ਜਸਪਾਲ ਸ਼ਰਮਾ ਜੀ, ਉਸ ਤੋਂ ਬਾਅਦ ਸੁੰਦਰ ਝਾਕੀਆਂ ਜਿਹੜੀਆਂ ਦਿਖਾਈਆਂ ਜਾਣਗੀਆਂ, ਜਾਣਾ ਕਿਸੇ ਨੇ ਨਹੀਂ, ਸਾਰਿਆਂ ਨੇ ਇਸੇ ਤਰ੍ਹਾਂ ਬੈਠ ਕੇ ਆਨੰਦ ਮਾਣਨਾ ਹੀ ਜਾਗਰਣ ਦਾ। ਇੱਕ ਤਾੜੀ ਲਗਾ ਲਓ ਜੀ, ਮਹਾਮਾਈ ਦੇ ਆਪਦੇ ਤਾੜੀ ਲਗਾ ਲਓ ਜੀ। ਹੋਈ ਕੁਦਰ ਸਿੱਧਾ ਦੇ ਦਾਤੀਏ, ਕੁਦਰ
ਲੋਕਾਂ ਵਿੱਚ ਮੈਂ ਤੇ ਹਰ ਵੇਲੇ ਰਹਿਣਾ, ਤੇਰੀਆਂ ਰੌਣਕਾਂ ਵਿੱਚ ਮੈਂ ਤੇ ਹਰ ਵੇਲੇ ਰਹਿਣੀਆਂ। ਹੇ ਮਾਂ ਮੇਰੀ ਸੱਚੀਆਂ ਚੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾ ਆਜੋ ਆਜੋ, ਪਟਵਾਰੀ ਸਾਹਿਬ ਵੀ ਆਜੋ, ਸਰਪੰਚ ਸਾਹਿਬ ਵੀ ਆਜੋ, ਵਾਹ ਜੀ ਵਾਹ, ਆਪੀ ਜੀਤ ਦੇ ਨਾਂ ਤੇ ਤਾੜੀ ਲਾ ਦੋ ਜੀ, 500 ਰੁਪਇਆ ਸਪੈਸ਼ਲ ਆ, ਇਹ ਤੇ 500 ਮੈਂ ਮੰਗਿਆ ਤੇ ਆਪਣੇ ਵੱਲੋਂ ਨਹੀਂ ਦੇਣੀ। ਹਾਂਜੀ ਆਜ ਮੇਰਾ ਵੀਰ ਜੀ ਦੀ ਤਾੜੀ ਲਗਾ ਦੀ, ਜ਼ੋਰਦਾਰ ਮੇਰੀਆਂ ਭੈਣਾਂ, ਇਹਨੂੰ ਖੁਸ਼ੀ ਹੈ, ਮੇਰਾ ਕੁੰਡਾ ਵੀਰ ਆ, ਸਾਰੇ ਖੁਸ਼ ਕਰ ਰਹੇ ਮੇਰੇ ਵੀਰ ਦਾ ਬਰਥਡੇ ਅੱਜ 4 ਸਤੰਬਰ ਨੂੰ, ਕਿੰਨੇ ਸਾਲਾਂ ਦਾ ਵਿਆਹ ਹੈ ਦੱਸਦੇ ਆ, ਕਹਿੰਦਾ ਵਿਆਹਣ ਜੋਗਾ ਹੋ ਗਿਆ, ਮਾਂ ਪਿਓ ਨੂੰ ਫਿਕਰ ਪੈ ਗਿਆ, ਅਭਿਜੀਤ ਅੱਜ ਬਰਥਡੇ ਆ ਜੀ। ਇੱਕ ਵਾਰੀ ਮੇਰੇ ਸਾਰੇ ਸੰਗੀਤ ਪਰਿਵਾਰ ਵੱਲੋਂ, ਅਨਮੋਲ ਹੀਰਾ ਜੀ, ਛੋਟੂ ਲਾਲ ਐਂਡ ਪਾਰਟੀ, ਜਸਪਾਲ ਸ਼ਰਮਾ ਜੀ, ਸਾਰੇ ਸੰਗੀਤ ਪਰਿਵਾਰ ਵੱਲੋਂ, ਰਜਨੀ ਪੁਸ਼ਪਾ ਐਂਡ ਪਾਰਟੀ ਵੱਲੋਂ, ਝਾਕੀਆਂ ਵੱਲੋਂ, ਸਾਰੀ ਸਰਸਵਤੀ ਸੇਵਕ ਸਭਾ ਵੱਲੋਂ ਲੱਖ ਲੱਖ ਵਧਾਈਆਂ ਅਭਿਜੀਤ ਦੇ ਪਰਿਵਾਰ ਨੂੰ, ਅੱਜ ਜਨਮ ਦਿਨ ਦੀ ਮੁਬਾਰਕਬਾਦ ਹੋਈ ਸਾਡੀ ਟੀਮ ਵੱਲੋਂ, ਥੈਂਕ ਯੂ, ਥੈਂਕ ਯੂ, ਤਾੜੀ ਵਾਲੀ ਜ਼ੋਰਦਾਰ, ਜਸਪਾਲ ਸ਼ਰਮਾ ਜੀ।
ਬੋਲ ਸੱਚੇ ਦਰਬਾਰ ਕੀ ਜੈ।